ਹੁਣ ਗੱਲ ਕਰ ਰਹੇ ਹਾਂ ਸਿਹਤ ਬੀਮਾ ਯੋਜਨਾ ਕਾਰਡਾਂ ਦੀ, ਜੋ ਅੱਜ ਕਈ ਸੂਬਿਆਂ ਦੇ ਵਿੱਚ ਕਿਸਾਨਾਂ ਦੀ ਸਿਹਤ ਸਹੂਲਤ ਬੀਮੇ ਦੇ ਲਈ ਵਿਤਰਿਤ ਕੀਤੇ ਗਏ। ਹਾਲਾਂਕਿ ਇਸ ਤਰ੍ਹਾਂ ਸਕੀਮਾਂ ਅੱਗੇ ਚੱਲਦੀਆਂ ਰਹਿਣਗੀਆਂ, ਬੇਸ਼ੱਕ ਪੁਰਾਣੀਆਂ ਸਕੀਮਾਂ ਦਮ ਤੋੜ ਚੁੱਕੀਆਂ ਨੇ। ਦੇਖਦੇ ਹਾਂ ਰਿਪੋਰਟ ਸਿਹਤ ਬੀਮਾ ਯੋਜਨਾ ਕਾਰਡ ਦੀ। ਅਕਾਲੀ ਸਰਕਾਰ ਦੀ ਇੱਕ ਹੋਰ ਨਵੀਂ ਭਗਤ ਪੂਰਨ ਸਿੰਘ ਬੀਮਾ ਯੋਜਨਾ ਸਕੀਮ ਲੋਕਾਂ ਤੱਕ ਪਹੁੰਚਾ ਹੀ ਦਿੱਤੀ ਗਈ, ਜਿਸ ਦੇ ਕਾਰਡ ਅੱਜ ਕਿਸਾਨਾਂ ਨੂੰ ਦਿੱਤੇ ਗਏ। ਉਪ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨਵੀਂ ਸਕੀਮ ਦੀ ਸ਼ੁਰੂਆਤ ਕਰਦੇ ਉਹ ਸਾਰੀਆਂ ਸਕੀਮਾਂ ਵੀ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਜੋ ਅੱਜ ਤੱਕ ਅਧੂਰੀਆਂ ਪਈਆਂ ਨੇ। ਤੁਸੀਂ ਵੀ ਸੁਣੋ। ਯਾਦ ਕਰੋ ਪਹਿਲੇ ਥੋੜੀਆਂ ਫਸਲਾਂ ਤੁਸੀਂ ਮੰਡੀ ਵੱਡੀ ਸ਼ਹਿਰ ਜਾ ਕੇ ਵੇਚਦੇ ਹੁੰਦੇ ਸੀ, ਉਦੋਂ ਪਹਿਲੇ ਪਿੰਡਾਂ 'ਚ ਮੰਡੀਆਂ ਨਹੀਂ ਹੁੰਦੀਆਂ ਸੀ। ਆਹ ਮੁੱਖ ਮੰਤਰੀ ਬਾਦਲ ਸਾਹਿਬ ਦਾ ਫੈਸਲਾ ਕਿ ਪਿੰਡਾਂ 'ਚ ਮੰਡੀਆਂ ਖੋਲ੍ਹੀਆਂ, ਅਤੇ ਅਸੀਂ ਪਿੰਡਾਂ 'ਚ ਮੰਡੀਆਂ ਖੋਲ੍ਹੀਆਂ ਅਤੇ ਕਿਸਾਨ ਨੂੰ ਬਹੁਤ ਵੱਡਾ ਫਾਇਦਾ ਹੋਇਆ। ਫੋਕਲ ਪੁਆਇੰਟ ਸਕੀਮ ਸਾਹਿਬ ਪ੍ਰਕਾਸ਼ ਸਿੰਘ ਬਾਦਲ ਲੈ ਕੇ ਆਏ ਸੀ, ਪਹਿਲੇ ਕੋਈ ਫੋਕਲ ਪੁਆਇੰਟ ਨਹੀਂ ਹੁੰਦੇ ਸੀ। ਬਜ਼ੁਰਗਾਂ ਨੂੰ ਪਹਿਲੀ ਵਾਰ ਪੈਨਸ਼ਨ ਮਿਲੀ, ਉਹ ਵੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀ। ਆਟਾ ਦਾਲ ਸਕੀਮ ਵੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਲੈ ਕੇ ਆਏ, ਸ਼ਗਨ ਦੀ ਸਕੀਮ ਵੀ ਬਾਦਲ ਸਾਹਿਬ ਲੈ ਕੇ ਆਏ, ਗਰੀਬਾਂ ਦੇ 200 ਯੂਨਿਟ ਬਿਜਲੀ ਮਾਫ ਕਰਨ ਦੀ ਸਕੀਮ ਬਾਦਲ ਸਾਹਿਬ। ਇੱਕ ਵੀ ਨਿਸ਼ਾਨੀ ਕਾਂਗਰਸ ਦੀ ਨਹੀਂ, ਇੱਕ ਵੀ ਨਿਸ਼ਾਨੀ ਕਿਸੇ ਹੋਰ ਪਾਰਟੀ। ਅਸ ਦੇ ਖਾਲਸਾ ਤੁਸੀਂ ਜਾਓ ਤੇ ਤੁਸੀਂ ਦੇਖੋਗੇ ਵਿਰਾਸਤ ਦੇ ਖਾਲਸਾ ਆਪਣੀ ਸਾਰੀ ਕੌਮ ਦਾ ਵਿਰਸਾ ਸੰਭਾਲਿਆ ਪਿਆ। ਬਾਬਾ ਬਾਦਲ ਸਾਹਿਬ ਨੇ ਛੋਟੇ ਘੱਲੇਪਣ ਦੀ ਯਾਦ ਕਰ ਪਾਈ, ਵੱਡੇ ਘੱਲੂਘਾਰੇ ਦੀ ਯਾਦ ਕਰ ਪਾਈ, ਦੂਜੇ ਧਰਮਾਂ ਦੇ ਰਾਤ ਦੀ ਸਥਲ ਬਣਾਇਆ। ਉਧਰ ਆਪਣੀ ਫਿਤਰਤ ਮੁਤਾਬਕ ਸੁਖਬੀਰ ਸਿੰਘ ਬਾਦਲ ਘੁੰਮ ਘੁਮਾ ਕੇ ਫਿਰ ਤੋਂ ਆ ਹੀ ਗਏ ਕਾਂਗਰਸ ਦੇ ਵੱਲ, ਕਿਉਂਕਿ ਮਾਮਲਾ ਲੋਕ ਸਕੀਮਾਂ ਦਾ ਹੈ ਤੇ ਵਿਰੋਧੀ ਪਾਰਟੀਆਂ ਨੂੰ ਇਹਨਾਂ ਸਕੀਮਾਂ ਤੇ ਫੇਲ ਦਿਖਾਉਣਾ ਹੀ ਪਵੇਗਾ। ਉਹਨਾਂ ਸਾਰਿਆਂ ਨੂੰ ਆਈ ਅੱਜ ਬੀਮਾ ਕੀਤਾ ਗਿਆ, ਬਾਕੀ ਜਿਹੜੇ ਦੁਕਾਨਦਾਰ ਵਪਾਰੀ ਹੈ ਉਹਨਾਂ ਵਾਸਤੇ ਵੀ ਆਹ ਕਾਰਡ ਬਣਾ ਦਿੱਤਾ ਗਿਆ। ਉੱਥੇ ਵੀ 50,000 ਰੁਪਏ ਤੇ 5 ਲੱਖ ਰੁਪਇਆ ਜਾਣ ਦਾ ਤੇ 5 ਲੱਖ ਰੁਪਇਆ ਜਿਹੜਾ ਦੁਕਾਨ ਤੇ ਅੱਗ ਲੱਗੇ ਉਹਦਾ ਵੀ ਬੀਮਾ ਤੁਹਾਡੀ ਸਰਕਾਰ ਨੇ ਕਰ। ਜੇ ਤੁਸੀਂ ਪਿਛਲੇ 30-40 ਸਾਲਾਂ 'ਚ ਦੇਖੋ ਇੱਕ ਵੀ ਸੂਰਤ ਤੁਹਾਨੂੰ ਯਾਦ ਨਹੀਂ ਆਊਗੀ ਜਿਹੜੀ ਕਾਂਗਰਸ ਦੇ ਮੁੱਖ ਮੰਤਰੀਆਂ ਨੇ ਦਿੱਤੀ ਹੈ। ਜਿੰਨੀਆਂ ਵੀ ਸਹੂਲਤਾਂ ਗਰੀਬਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਿਲੀਆਂ ਉਦੋਂ ਹੀ ਮਿਲੀਆਂ ਜਦੋਂ ਸਾਹਿਬ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ। ਉਧਰ ਲੋਕਾਂ ਨੂੰ ਇਹ ਸਕੀਮ ਆਪਣੇ ਵੱਲ ਜ਼ਿਆਦਾ ਤਾਂ ਖਿੱਚਣ 'ਚ ਕਾਮਯਾਬ ਨਹੀਂ ਹੁੰਦੀ ਦਿਖਾਈ ਦਿੱਤੀ, ਕਿਉਂਕਿ ਕੁਝ ਲੋਕ ਤਾਂ ਸਕੀਮ ਤੋਂ ਖੁਸ਼ ਦਿਖਾਈ ਦਿੱਤੇ ਪਰ ਕੁਝ ਲੋਕਾਂ ਨੇ ਆਪਣੀ ਭੜਾਸ ਕੁਝ ਇਸ ਤਰ੍ਹਾਂ ਕੱਢੀ। ਇਹ ਬਹੁਤ ਵਧੀਆ ਜੀ, ਸਰਕਾਰ ਦਾ ਉਪਰਾਲਾ ਵਾ, ਪੰਜਾਬ ਗੌਰਮੈਂਟ ਦਾ, ਬਾਦਲ ਸਾਹਿਬ ਦੇ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਕਿ ਇਹ ਇਲਾਜ ਵਾਸਤੇ ਕੋਈ ਐਕਸੀਡੈਂਟ ਹੋ ਜਾਂਦਾ ਵੀ ਇਹ ਫਸਲਾਂ ਦੇ ਖਰਾਬ ਹੋ ਜਾਂਦੀ ਉਹਦੇ ਵਾਸਤੇ ਸਾਨੂੰ ਪੈਸੇ ਮਿਲਣਗੇ। ਨਾ ਜੇ ਕਿਸੇ ਪਾਰਟੀ ਨੇ ਇਹ ਕੀਤਾ ਨਹੀਂ, ਇਹ ਪਹਿਲਾਂ ਇਹਨਾਂ ਦੀ ਦੇਣ ਆ ਪ੍ਰਕਾਸ਼ ਸਿੰਘ ਬਾਦਲ ਦੀ। ਅਸੀਂ ਬਾਦਲ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਾਨੂੰ ਨੀਲੇ ਕਾਰਡ ਵੰਡੇ ਆ ਆਪਣੇ ਪੰਜਾਬ ਸਰਕਾਰ ਭਗਤ ਪੂਰਨ ਸਿੰਘ ਵਾਲੇ। ਬਹੁਤ ਇਹਨਾਂ ਦੀ ਸਹੂਲਤ ਆ, ਜਿਸ ਤਰ੍ਹਾਂ ਵੀ 1 ਲੱਖ ਰੁਪਇਆ ਬੀਮਾ ਵਾ, ਬਾਕੀ 5 ਲੱਖ ਦਾ ਬੀਮਾ ਵਾ, ਕਿਸੇ ਦਾ ਐਕਸੀਡੈਂਟ ਹੋ ਜਾਂਦਾ ਉਹਨੂੰ 5 ਲੱਖ ਰੁਪਇਆ ਮਿਲੇਗਾ। ਇਹ ਬਾਦਲ ਸਰਕਾਰ ਦੀ ਬਹੁਤ ਬਹੁਤ ਵੱਡੀ ਦੇਣ ਆ। ਹੁਣ ਜੋ ਵੀ ਹੈ ਅੱਗੇ ਅਜਿਹੀਆਂ ਸਕੀਮਾਂ ਤੇ ਉਹਨਾਂ ਦੇ ਪੂਰੇ ਹੋਣ ਦੇ ਵਾਅਦੇ ਤਾਂ ਨਿੱਤ ਹੀ ਚੱਲਣਗੇ, ਕਿਉਂਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਕੋਈ ਕਸਰ ਲੋਕਾਂ ਨੂੰ ਸਕੀਮਾਂ ਜ਼ਰੀਏ ਖਿੱਚਣ 'ਚ ਨਹੀਂ ਛੱਡਣਾ ਚਾਹੁੰਦੀ। ਪਰ ਇਸ ਸਕੀਮ ਦੇ ਐਲਾਨ ਸਮੇਂ ਕੁਰਸੀਆਂ ਖਾਲੀ ਦਿਖਾਈ ਦੇਣੀਆਂ ਕੁਝ ਸਹੀ ਇਸ਼ਾਰਾ ਨਹੀਂ ਕਰ ਰਹੀਆਂ ਅਤੇ ਸਵਾਲ ਉਠਾ ਰਹੀਆਂ ਨੇ ਕਿ ਇਹ ਲੋਕਾਂ ਦੀ ਸਹੂਲਤ ਲਈ ਸ਼ੁਰੂ ਕੀਤੀ ਗਈ ਸਕੀਮ ਹੈ ਜਾਂ ਚੁਣਾਵੀ ਸਟੰਟ। ਨਿਊਜ਼ ਟੈਕਸ ਤੋਂ ਸ਼ੈਰੀ ਗੌਰਵਾ ਦੇ ਨਾਲ ਵਿਜੇ ਕੁਮਾਰ, ਗਲੋਬਲ ਪੰਜਾਬ ਟੀਵੀ, ਤਰਨ ਤਾਰਨ।